सबसे पहले अब्बू की सालगिरह आपको मुबारक हो, ठीक है जी। और पंजाबी शायर सर, पंजाबी सी गल करने, अब्बू की पैदाइश का दिन बहुत बहुत मुबारक हो जी। और आप तू मेरी ओ भैन है जिन्हें अब्बू नू भुले हुए, अब्बू नू जड़े लोगों की नज़र च लोगों के जहन चो हल्क आहिस्ता आहिस्ता महव हो रहे सन, तो उन्होंने दोबारा दुनिया से लाए। और आज माशाल्लाह बहुत सारे लोग सानू उन्होंने नाल नाल दोबारा तो जानने लग पे, नवे लोग शामिल हो गए हैं जिहड़े सानू उन्होंने नाँ की मुनासबत नाल उन्हां दी औलाद दे हिसाब उन्हां दी औलाद दे होण दी हैसियत नाल पछाणदे ने। ते बहुत ही भरपूर लाइफ अबू ने गुजारी। और तेरा जिहड़ा मजमून है उहदे च इसे लई तू दसिया ना कि किन्ने किन्ने शायर, हर दहाई जदों शुरू होंदी है ते उहदे च किन्ने नवें शायरां दा इजाफा होया। लेकिन जिस वेले असीं देखने आ पिछे मुड़ के ते हज़ीन क़ादरी साहब दे नाल नाल जिहड़े लोग बहुत दूर तक नाल आए, उन्हां चों अहमद राई साहब, तनवीर नकवी साहब। अच्छा, तनवीर नकवी साहब ऐसी शख्सियत सन जिन्हों साढ़े अब्बा जी भी अपने उस्तादा का रुतबा देंदे सन। ते उन्हां दे खैर गाने भी कमाल ने। ते उहदे बाद अहमद राई साहब, ख्वाजा परवेज साहब, ख्वाजा परवेज साहब साढ़े सके चाचे आंगर सन, वारस लुधियानवी साहब, ਇਹੋ ਲੋਕ ਨੇ, ਬਾਬਾ ਆਲਮ ਸਾਹਿਬ ਪੋਚ ਸਾਹਿਬ, ਇਹੋ ਲੋਕ ਨੇ ਜਿਹੜੇ ਬਹੁਤ ਦੂਰ ਤੱਕ ਅਤੇ ਦੇਰ ਤੱਕ ਆਪਣੇ ਆਪ ਨੂੰ ਜ਼ਿੰਦਾ ਰੱਖ ਸਕੇ ਇਸ ਸਮੁੰਦਰ ਵਿੱਚ। ਵਰਨਾ ਬੇਪਨਾਹ ਲੋਕ ਆਏ, ਬਹੁਤ ਅੱਛੇ ਸ਼ਾਇਰ ਹੋਣਗੇ, ਬਹੁਤ ਅੱਛੇ ਸ਼ੇਰ ਕਹਿੰਦੇ ਹੋਣਗੇ, ਲੇਕਿਨ ਉਹ ਉਹਨਾਂ 'ਤੇ ਵਕਤ ਦੀ ਗਰਦ ਪੈ ਚੁੱਕੀ ਹੈ, ਨਹੀਂ ਉਹ ਦੁਨੀਆ ਦੇ ਸਾਹਮਣੇ ਆ ਸਕੇ। ਬਹੁਤ ਅੱਛੇ ਸ਼ਾਇਰ ਹੋਣਗੇ ਯਕੀਨਨ, ਲੇਕਿਨ ਇਹ ਕੋਈ ਖਾਸ ਅੱਲਾ ਦੀ ਨਜ਼ਰੇ ਅਨਾਇਤ ਸੀ ਇਹਨਾਂ ਸਭ 'ਤੇ ਜਿਨ੍ਹਾਂ ਦਾ ਮੈਂ ਨਾਂ ਲਿਆ, ਕਿ ਇਹ ਬਹੁਤ ਦੇਰ ਤੱਕ ਕਮ ਅਜ਼ ਕਮ 30-40 ਸਾਲ ਇਹਨਾਂ ਲੋਕਾਂ ਨੇ ਪਾਕਿਸਤਾਨ ਫਿਲਮ ਇੰਡਸਟਰੀ ਦਾ ਨਾਂ ਰੋਸ਼ਨ ਕੀਤਾ। ਔਰ ਇਹ ਵੀ ਹਕੀਕਤ ਹੈ ਕਿ ਇਹ ਇਹਨਾਂ 5-10 ਸ਼ਾਇਰਾਂ ਨੇ ਹੀ ਪੰਜਾਬੀ ਅਦਬ ਨੂੰ ਜ਼ਿੰਦਾ ਰੱਖਿਆ। ਪੰਜਾਬੀ ਅਦਬ ਕਿਤਾਬਾਂ ਨਾਲ ਜ਼ਿੰਦਾ ਨਹੀਂ ਰਿਹਾ, ਪੰਜਾਬੀ ਅਦਬ ਅਗਰ ਜ਼ਿੰਦਾ ਹੋਇਆ ਤਾਂ ਇਹਨਾਂ ਗਾਣਿਆਂ ਦੀ ਵਜ੍ਹਾ ਨਾਲ ਜ਼ਿੰਦਾ ਹੋਇਆ। ਵੈਸੇ ਵੀ ਲਿਟਰੇਚਰ ਦੀ ਜਿਹੜੀ ਇਬਤਦਾ ਹੈ ਉਹ ਇਹਨਾਂ ਬੋਲੀਆਂ ਠੋਲੀਆਂ ਅਤੇ ਮਾਹੀਏ ਟੱਪੇ ਇਹ ਹੀ ਲਿਟਰੇਚਰ ਦੀ ਇਬਤਦਾ ਹੈ। ਇੱਥੋਂ ਹੀ ਇਹ ਜਿਹੜਾ ਚੁਪਾਲਾਂ ਦੇ ਵਿੱਚ ਬੈਠ ਕੇ ਲੋਕ ਇੱਕ ਦੂਜੇ ਨੂੰ ਆਪਣੇ ਸ਼ੇਰ ਸੁਣਾਉਂਦੇ ਸਨ, ਜਿਨ੍ਹਾਂ 'ਚ ਕੋਈ ਟੱਪਾ ਬਣ ਗਿਆ ਅਤੇ ਕੋਈ ਬੋਲੀ ਬਣ ਗਈ ਅਤੇ ਕੋਈ ਮਾਹੀਆ ਬਣ ਗਿਆ। ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਸ਼ੁਰੂ ਹੋਈਆਂ ਸਨ। ਅਤੇ ਅੱਜ ਅਗਰ ਅਸੀਂ ਕਹਿ ਸਕਦੇ ਹਾਂ ਕਿ ਜਿੰਨਾ ਪੰਜਾਬੀ ਅਦਬ ਨੂੰ, ਪੰਜਾਬੀ ਅਦਬ ਨੂੰ ਇਹਨਾਂ ਸ਼ਾਇਰਾਂ ਨੇ ਦਿੱਤਾ, ਜਿਨ੍ਹਾਂ ਨੂੰ ਆਮ ਜ਼ਬਾਨ 'ਚ ਲੋਕ ਫਿਲਮੀ ਸ਼ਾਇਰ ਕਹਿੰਦੇ ਨੇ, ਇਹਨਾਂ ਨੇ ਦਿੱਤਾ, ਕੋਈ ਕਿਸੇ ਦਾਨਿਸ਼ਵਰ ਦੀ ਕਿਤਾਬ ਨੇ ਨਹੀਂ ਦਿੱਤਾ, ਕਿਸੇ ਰਸਾਲੇ ਨੇ ਨਹੀਂ ਦਿੱਤਾ, ਕਿਸੇ ਤਹਿਰੀਕ ਨੇ ਨਹੀਂ ਦਿੱਤਾ, ਜਿੰਨਾ ਪੰਜਾਬੀ, ਜਿਹੜੇ ਪੰਜਾਬੀ ਨਹੀਂ ਵੀ ਬੋਲਦੇ ਸਨ ਉਹ ਵੀ ਪੰਜਾਬੀ ਗਾਣੇ ਸੁਣ ਕੇ ਖੁਸ਼ ਹੁੰਦੇ ਨੇ। ਅੱਜ ਅਸੀਂ ਦੇਖਦੇ ਹਾਂ ਕਿ ਪੂਰੇ ਇਸ ਬਰੇ ਸਗੀਰ ਦੇ ਵਿੱਚ ਪੰਜਾਬੀ ਜ਼ਬਾਨ ਦੇ ਗਾਣੇ ਹਰ ਦੋ ਪਾਸੇ, ਹਰ ਦੋਵਾਂ ਪੰਜਾਬ ਵਿੱਚ ਕਾਮਯਾਬੀ ਨਾਲ ਗਾਏ ਜਾਂਦੇ ਨੇ। ਉਰਦੂ ਫਿਲਮਾਂ ਦੇ, ਉਹਨਾਂ ਦੀਆਂ ਆਪਣੀਆਂ ਜ਼ਬਾਨ ਦੀਆਂ ਫਿਲਮਾਂ, ਉਰਦੂ ਫਿਲਮਾਂ ਦੇ ਵਿੱਚ ਪੰਜਾਬੀ ਗਾਣੇ ਚੱਲ ਰਹੇ ਹੁੰਦੇ। ਅਤੇ ਇਹ ਬੜਾ ਵੱਡਾ ਅਹਿਸਾਨ ਹੈ ਇਹਨਾਂ ਸ਼ਾਇਰਾਂ ਦਾ। ਅੱਛਾ ਕਲਾਮ ਪੇਸ਼ ਕੀਤਾ, ਬਹੁਤ ਅੱਛਾ ਕਲਾਮ ਪੇਸ਼ ਕੀਤਾ ਇਹਨਾਂ ਨੇ। ਔਰ ਕਿਸੇ ਵੀ ਸ਼ਾਇਰੀ 'ਚ ਰੱਖਿਆ ਜਾ ਸਕਦਾ, ਕਿਤੇ ਵੀ ਰੱਖਿਆ ਜਾ ਸਕਦਾ। ਪਾਇੰਦਰ ਆਬਾ ਜੀ ਦਾ ਕਮਰਾ ਉੱਠ ਕੇ ਦਿਖਾਓ, ਆਬਾ ਜੀ ਦਾ ਇੱਕ ਇੱਕ ਅਵਾਰਡ ਫੜ ਕੇ ਦਿਖਾਓ, ਜਿਹੜਾ ਆਬਾ ਜੀ ਦੀਆਂ ਡਾਇਰੀਆਂ ਦਿਖਾਓ। ਇੱਥੋਂ ਸ਼ੁਰੂ ਕਰਦੇ ਹਾਂ, ਇਹ ਅੱਜ ਦੀਆਂ ਕੁੜੀਆਂ, ਇਹ ਉਹਦਾ ਅਵਾਰਡ ਹੈ, ਉਹਦੇ ਗਾਣੇ ਡਾਇਲੋਗ ਕਹਾਣੀ ਉਹਦਾ ਲਿਖਿਆ ਸੀ, ਇਹ ਉਹਦਾ ਅਵਾਰਡ ਹੈ। ਅਤੇ ਇਹ
ਬੈਸਟ ਸਟੋਰੀ ਰਾਈਟਰ ਪੰਜਾਬੀ ਪੰਜਾਬੀ 1968 ਠੀਕ ਹੈ ਇਹ ਨਿਗਾਰ ਅਵਾਰਡ ਹੈ ਠੀਕ ਹੈ ਨਿਗਾਰ ਅਵਾਰਡ ਦਾ ਤਾਂ ਸਾਡੇ ਘਰ ਇੰਨੇ ਕੁ ਸਣ ਕੇ ਮੈਂ ਦੱਸ ਨਹੀਂ ਸਕਦਾ ਬਸ ਜ਼ਮਾਨੇ ਦੀ ਦਸਤ ਬੁਰਦ ਤੋਂ ਅਸੀਂ ਬਚਾ ਨਹੀਂ ਸਕੇ ਦਸਤ ਬੁਰਦ ਤੋਂ ਬਚਾ ਨਹੀਂ ਸਕੇ ਉਹਨਾਂ ਕਰਾਚੀ ਦੇ ਇੱਕ ਵਾਰੀ ਕਰਾਚੀ 'ਚ ਉਹਨਾਂ ਲਈ ਇੱਕ ਮਹਿਫਲ ਸਜੀ ਸੀ ਉੱਥੇ ਲੋਕਾਂ ਨੇ ਉਹਨਾਂ ਨੂੰ ਇਹ ਕਰਾਚੀ ਦੇ ਲੋਕਾਂ ਨੇ ਇਹਨਾਂ ਨੂੰ ਇਹ ਦਿੱਤਾ ਸੀ ਇਹ ਗਾਜ਼ੀ ਇਲਮ ਦੀ ਸ਼ਹੀਦ ਹੈ ਇੱਕ ਇਹਦੇ ਨਾਲ ਦਾ ਨਿਗਾਰ ਅਵਾਰਡ ਸਾਡੇ ਕੋਲ ਉਹਦਾ ਹੈਗਾ ਜ਼ਿੱਦੀ ਦਾ ਇਸੇ ਤਰ੍ਹਾਂ ਹੀ ਇਹ ਗਾਣੇ ਲਿਖੇ ਸਨ ਸਾਲਾ ਸਾਹਿਬ ਦੇ ਇਹ ਸ਼ਬਾਬ ਸਾਹਿਬ ਦਾ ਅਵਾਰਡ ਹੈ ਜਿਹੜਾ ਕਿ ਸਾਡੇ ਕੋਲੋਂ ਇਹ ਗਵਾਚ ਗਿਆ ਡਿੱਗ ਪਿਆ ਕਿਧਰੇ ਇਹ ਫਿਲਮ ਦਾ ਨਾਂ ਸੀ ਮਹਿਤਾਬ ਇਹ ਲਿਖਿਆ ਐਮ ਈ ਰਹਿ ਗਿਆ ਮਹਿਤਾਬ ਫਿਲਮ ਦਾ ਨਾਂ ਸੀ ਔਰ ਇਹ 1963 ਵਿੱਚ ਬਣੀ ਸੀ ਅਤੇ ਇਹਦੇ 'ਚ ਗੋਲ ਗੱਪੇ ਵਾਲਾ ਆਇਆ ਗੋਲ ਗੱਪੇ ਲਾਇਆ ਉਹ ਗਾਣਾ ਅੱਬਾ ਜੀ ਨੇ ਲਿਖਿਆ ਸੀ ਵਹੀਦ ਬਰਾੜ ਸਾਹਿਬ ਨਾਲ ਬਹੁਤ ਪਿਆਰ ਸੀ ਅੱਬਾ ਜੀ ਦਾ ਉਹ ਇਹਨਾਂ ਨੂੰ ਮਹੀਨੇ ਵਾਸਤੇ ਆਪਣੇ ਘਰ ਕਰਾਚੀ ਲੈ ਗਏ ਸਨ ਜਦੋਂ ਮਸਤਾਨਾ ਮਾਈ ਲਿਖਣੀ ਸੀ ਉਹਦੇ ਗਾਣੇ ਉਹਦੀ ਕਹਾਣੀ ਉਹਦੇ ਡਾਇਲੋਗ ਸਕਰੀਨ ਪਲੇ ਸਾਰਾ ਕੁਛ ਜਿਹੜਾ ਸੀ ਉਹ ਕਰਾਚੀ ਬਣਿਆ ਸੀ ਅਤੇ ਪਿੱਛੇ ਤਸਵੀਰਾਂ ਦੇ ਬਾਰੇ ਦੱਸੋ ਤਸਵੀਰਾਂ ਦੇ ਵਹੀਦ ਡਾਰ ਸਾਹਿਬ ਨੇ ਵਹੀਦ ਡਾਰ ਸਾਹਿਬ ਇਹ ਨਸੀਮ ਹੈਦਰ ਸ਼ਾਹ ਸਾਹਿਬ ਅਜੇ ਵੀ ਨੇ ਮਾਸ਼ਾਅੱਲਾ ਅੱਲਾ ਨੂੰ ਉਹਨਾਂ ਦੀ ਜ਼ਿੰਦਗੀ ਕਰੇ ਅਤੇ ਹਜ਼ੀਨ ਕਾਦਰੀ ਸਾਹਿਬ ਨੇ ਬਾਕੀ ਆ ਸਾਡੇ ਕਜ਼ਨ ਨੇ ਸਲਾਉਦੀਨ ਸਾਹਿਬ ਇਸੇ ਤਰ੍ਹਾਂ ਹੀ ਹੈ ਕੁਛ ਸਾਫੀ ਉਹਨਾਂ ਦਾ ਇੰਟਰਵਿਊ ਲੈ ਰਹੇ ਨੇ ਇੱਥੇ ਨੈਸਨ ਪੱਟੀ ਸਾਹਿਬ ਨਾਲ ਬੈਠੇ ਨੇ ਅੱਬਾ ਜੀ ਅਤੇ ਇੱਥੇ ਇਹ ਪਿੱਛੇ ਨਜ਼ਰ ਆ ਰਹੇ ਨੇ ਨੈਸਨ ਇੱਥੇ ਹੈਗੇ ਨੇ ਮਾਸ਼ਾਅੱਲਾ ਅਲਿਆਸ ਕਸ਼ਮੀਰੀ ਸਾਹਿਬ ਦੇ ਨਾਲ ਬੈਕ ਦੇ ਪਿੱਛੇ ਉਹ ਬੈਠੇ ਨੇ ਇਹ ਕੋਈ ਫਿਲਮ ਇੰਡਸਟਰੀ ਦਾ ਕੋਈ ਹੋ ਰਿਹਾ ਬੜਾ ਮਸ਼ਹੂਰ ਕੋਈ ਭਾ ਇਸਮਾਇਲ ਸਾਹਿਬ ਬੈਠੇ ਨੇ ਅੱਬਾ ਜੀ ਦੇ ਪਸੰਦੀਦਾ ਐਕਟਰ ਇਹ ਲਾਹੌਰ ਦੇ ਵਿੱਚ ਬਣਨ ਵਾਲੀ ਖਾਮੋਸ਼ ਫਿਲਮ ਜਿਹੜੀ ਸਾਇਲੈਂਟ ਮੂਵੀ ਹੁੰਦੀਆਂ ਸਨ ਉਹਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੋਇਆ ਸੀ ਔਰ ਇਹ ਮਾਸ਼ਾਅੱਲਾ 70 ਤੱਕ ਕੰਮ ਕਰਦੇ ਰਹੇ ਇਸੇ ਤਰ੍ਹਾਂ ਬਹੁਤ ਸਾਰੇ ਇੱਧਰ ਭੱਟੀ ਸਾਹਿਬ ਨਾਲ ਨੇ ਨੈਸਨ ਭੱਟੀ ਸਾਹਿਬ ਨਾਲ ਉਹਨਾਂ ਦੇ ਨਾਲ ਤਾਂ ਫਿਰ ਬਹੁਤ ਪਿਆਰ ਰਿਹਾ ਇਹਨਾਂ ਦਾ ਅਤੇ ਬੜੀਆਂ ਫਿਲਮਾਂ ਉਹਨਾਂ ਨਾਲ ਇਹ ਸਾਰੀਆਂ ਫਿਲਮਾਂ ਸੱਜਣ ਪਿਆਰਾ ਜਿੰਦ ਜਾਨ ਚੰਨ ਮੱਖਣਾ ਹੱਸਦੇ ਆਓ ਹੱਸਦੇ ਜਾਓ ਬੇਪਨਾਹ ਫਿਲਮ ਪਿਛਲਾ ਅਵਾਰਡ ਹੈ